ਸੋ ਹੋਰ ਗਾਈਜ਼ ਕਿਵੇਂ ਹੋ ਸਾਰੇ? ਸੋ ਆ ਸੀਗਾ ਆਪਣਾ ਸਰਪ੍ਰਾਈਜ਼, ਜਿਵੇਂ ਤੁਸੀਂ ਦੇਖ ਹੀ ਸਕਦੇ ਹੋ, ਬਲੈਰੋ ਆਪਣਾ ਝੋਟਾ ਫਾਈਨਲੀ ਹੇਅਰ। ਸੋ ਹੈਲੋ ਗਾਈਜ਼, ਵੈਲਕਮ ਬੈਕ ਟੂ ਦਾ ਚੈਨਲ। ਕੀ ਹਾਲ ਨੇ ਸਾਰੇ ਦੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਸੋ ਇਹ ਆ ਆਪਣਾ ਸਰਪ੍ਰਾਈਜ਼ ਜਿਹੜੀ ਆਪਾਂ ਗੱਡੀ ਲਈ ਆ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਪ੍ਰੋਜੈਕਟ ਕਰ ਆਪਾਂ ਸੋਚ ਰਹੇ ਹਾਂ ਲੈ ਕੇ ਆਫ ਰੋਡਿੰਗ ਵਾਸਤੇ, ਇਹਨੂੰ ਤਿਆਰ ਕਰਨ ਵਾਸਤੇ। ਤੇ ਤੁਹਾਨੂੰ ਇੱਕ ਵਾਰੀ ਦੇਖ ਲਓ ਗੱਡੀ ਸਾਰੀ, ਬਲੈਰੋ ਆ ਇਹ। ਜਿਵੇਂ ਤੁਹਾਨੂੰ ਦੱਸਿਆ ਗੱਡੀ ਆਪਾਂ ਬਲੈਰੋ ਬਾਏ ਕਰ ਲਈ ਹੈ, ਇਹ ਹੈਗੀ ਆ 2007 ਮਾਡਲ ਅਤੇ ਬਠਿੰਡਾ ਨੰਬਰ ਗੱਡੀ ਆਪਾਂ ਲਈ ਆ। ਅਤੇ ਹੋਰ ਇਹਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਵਾਂ, ਇਹ ਬੁਲੈਰੋ DI ਟਰਬੋ ਵਾਲੀ ਆ, ਜਿਹੜੀ DI ਇੰਜਨ ਵਾਲਾ ਹੀ ਆਉਂਦੀ ਆ, ਅਤੇ 2.5 ਲੀਟਰ ਇੰਜਨ ਵਾਲੀ ਗੱਡੀ ਆ ਇਹ, ਅਤੇ ਬਹੁਤ ਜ਼ਿਆਦਾ ਪਾਵਰ ਹੈ ਗੱਡੀ 'ਚ। ਅਤੇ ਆਪਣੇ ਫਰੈਂਡ ਤੋਂ ਹੀ ਮੈਂ ਬਾਏ ਕੀਤੀ ਆ, ਯਾਰ ਦੋਸਤ ਸੀਗਾ ਮੇਰਾ ਡੀਲਰ ਹੀ, ਉਹਨੇ ਵਧੀਆ ਡੀਲ ਆਪਾਂ ਨੂੰ ਦਵਾਈ ਆ। ਅਤੇ ਦੂਜੀ ਗੱਡੀ ਵੀ ਹੈਗੀ ਆਪਾਂ ਆਪਣੇ ਕੋਲ ਪੋਲੋ, ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਆਪਣੇ ਕੋਲ ਪੋਲੋ ਵੀ ਹੈਗੀ ਆ, ਬੁਲਟ ਸੇਲ ਕਰਤਾ ਆ, ਅਤੇ ਉਹਦੀ ਜਗ੍ਹਾ 'ਤੇ ਆਪਾਂ ਫਿਰ ਗੱਡੀ ਅਪਗ੍ਰੇਡ ਕੀਤੀ ਹੈ, ਗੱਡੀ ਲਈ ਹੈ। ਸੋ ਅੱਜ ਪਹਿਲੀ ਵਾਰ ਆਪਾਂ ਯੂਜ਼ ਮਾਈਕ ਦਾ ਵੀ ਕਰ ਰਹੇ ਹਾਂ, ਅਤੇ ਮੈਂ ਕਿਹਾ ਚਲੋ ਮਾਈਕ 'ਤੇ ਵੀ ਇੱਕ ਰਿਕਾਰਡ ਕਰ ਲਈਏ। ਅਤੇ ਇਹ ਹੋਰ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਵਾਂ, ਇਹ ਬਲੈਰੋ ਆਪਾਂ ਲਈ ਆ, ਇਹ ਬਿਲਕੁਲ ਹੀ ਰੋ ਗੱਡੀ ਆ। ਆਪਾਂ ਇੱਦਾਂ ਜੇ ਕਹੀਏ ਮੈਂ ਕਿ ਹਾਂਜੀ ਬਹੁਤ ਵਧੀਆ ਕੰਡੀਸ਼ਨ 'ਚ ਲਈ ਗੱਡੀ, ਗੱਡੀ ਦੀ ਕੰਡੀਸ਼ਨ ਵਿੱਚ ਸਿਰਫ ਇਹਦਾ ਇੰਜਨ ਵਧੀਆ ਵਾ, ਬਾਕੀ ਗੱਡੀ ਦੀ ਬੋਡੀ ਲਾਈਨ ਵਗੈਰਾ ਥੋੜ੍ਹਾ ਜਿਹਾ ਕੰਮ ਹੋਣ ਵਾਲਾ ਵਾ। ਜਿਵੇਂ ਸਾਈਡ ਦੀ ਸਟ੍ਰਿਪਸ ਤੁਸੀਂ ਦੇਖ ਸਕਦੇ ਹੋ, ਸਟ੍ਰਿਪਸ ਜਿਹੜੀ ਹੁੰਦੀ ਹੈ ਸਾਈਡ 'ਤੇ ਦਰਵਾਜ਼ੇ ਵਾਲੇ, ਉਹ ਆਪਾਂ ਨਵੇਂ ਪੈਣੇ ਆ ਕਾਫੀ ਆ। ਗ੍ਰਿਲ ਮੈਂ ਅਪਗ੍ਰੇਡ ਕਰੂੰਗਾ, ਟਾਇਰ ਇਹਦੇ ਹਜੇ ਫਿਰ ਵੀ ਚਲੋ ਬਰੋਡ ਨੇ, ਇਹ ਹੋਰ ਅਪਗ੍ਰੇਡ ਕਰੂੰਗਾ, ਹੋਰ ਬਰੋਡ ਟਾਇਰਸ ਪਾਉਣੇ, ਅਤੇ 295 ਅਤੇ ਆਫ ਰੋਡਿੰਗ ਵਾਲੇ ਰਿਮਸ ਸੋਚੇ ਹੋਏ ਜਿਹੜੇ ਮੈਂ 'ਚ ਪਾਉਣੇ ਆ। ਸੋ ਇਹਦਾ ਹੀ ਛੋਟਾ ਮੋਟਾ ਬਹੁਤ ਕੰਮ ਆ ਜਿਹੜਾ ਕਰਾਉਣ ਵਾਲਾ, ਅਤੇ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਅਪਗ੍ਰੇਡ ਕਰੀ ਜਾਊਂਗਾ। ਲਾਈਟਸ ਆਹ ਦੇਖ ਰਹੇ ਹੋ, ਆਹ ਲਾਈਟ ਚੇਂਜ ਹੋਣ ਵਾਲੀ, ਹੈੱਡਲਾਈਟ ਇਹ ਥੋੜ੍ਹੀ ਫੇਡ ਆਊਟ ਹੋ ਗਈ ਆ, ਆਹ ਲਾਈਟਾਂ ਦਾ ਟੇਲ ਸੈੱਟ ਆਪਾਂ ਨਵਾਂ ਪਾਉਣਾ ਆ, ਹੋਰ ਬੜੇ ਸਮਾਨ ਇਹਦਾ ਪਾਉਣ ਵਾਲਾ, ਕਾਫੀ ਚੀਜ਼ਾਂ ਨੇ ਇਹ। ਬਾਕੀ ਜਿਹੜੀ ਚੀਜ਼ਾਂ ਇਹ 'ਚ ਓਕੇ ਰਿਪੋਰਟ ਹੈ ਵਰਕਿੰਗ 'ਚ, ਉਹ ਮੈਂ ਤੁਹਾਨੂੰ ਦੱਸ ਦੇਣਾ, ਇਹ ਗੱਡੀ ਦਾ AC ਬਿਲਕੁਲ ਬਹੁਤ ਵਧੀਆ ਵਰਕ ਕਰਦਾ ਵਾ। AC ਮੈਂ ਕਹਿੰਦਾ ਪੋਲੋ ਦੀ ਕੂਲਿੰਗ ਫੇਲ ਹੈ ਇਹਦੇ ਸਾਹਮਣੇ, ਗੱਡੀ ਦਾ AC ਬਹੁਤ ਕਾਮਯਾਬ ਆ। ਇਹ ਵਾਲੇ DI ਵਾਲੇ ਇੰਜਨ ਵਾਲੇ ਦੇ ਮੈਂ ਵੈਸੇ ਵੀ ਸੁਣਿਆ ਸੀਗਾ, ਹੁਣ ਐਕਸਪੀਰੀਅੰਸ ਵੀ ਕਰ ਲਿਆ ਕਿ ਇਹਨਾਂ ਦੇ AC ਬਿਲਕੁਲ 5-star ਰੇਟਿੰਗ ਮੈਂ ਦਊਂਗਾ, 5 ਚੋਂ 5। ਸੋ ਬਾਕੀ ਗੱਡੀ ਚਲਾਈ 'ਚ ਬਹੁਤ ਵਧੀਆ, ਪਾਵਰ ਦੀ ਕੋਈ ਕਮੀ ਨਹੀਂ ਹੈਗੀ। ਸੋ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਸੀਗਾ, ਅਤੇ ਜਿਵੇਂ ਟਾਇਰਸ ਹਜੇ ਫਿਰ ਵੀ ਸਫੀਸ਼ੀਐਂਟ ਨੇ, ਦੇਖੋ ਟਾਇਰ ਕਾਫੀ ਹਜੇ ਵੀ ਬੋਡੀ ਲਾਈਨ ਤੋਂ ਬਾਹਰ ਆ ਰਹੇ ਆ। ਇਹਦਾ ਟਾਇਰ ਸਾਈਜ਼ ਹਜੇ ਹੈਗਾ 16R ਅਤੇ 265 ਆ। ਸੋ ਜੋ ਹਜੇ ਤਾਂ ਨੋਰਮਲ ਦੇਖਣ ਨੂੰ ਸੋਹਣਾ ਲੱਗਦਾ ਆ, ਪਰ ਇਹ 'ਚ ਫਿਰ ਵੀ ਅਪਗ੍ਰੇਡ ਕਰਾਂਗੇ ਆਪਾਂ, ਹੋਰ 295 ਪਾਵਾਂਗੇ ਤਾਂ ਹੀ ਗੱਡੀ ਦੀ ਲੁੱਕ ਆਉਣੀ ਹੈ। ਮੇਰਾ ਸ਼ੁਰੂ ਤੋਂ ਮਨ ਸੀਗਾ ਕਿ ਬਲੈਰੋ ਬਾਏ ਜਦੋਂ ਵੀ ਕਰਾਂ ਤਾਂ ਇਹ 295 ਟਾਇਰ ਪਾਵਾਂ, ਉਹ ਘੱਟੋ ਘੱਟ ਤੁਸੀਂ ਲਾ ਲਓ ਇੰਨਾ ਕੁ ਬਾਹਰ ਹੋਰ ਆ ਜਾਊਗਾ 295 ਟਾਇਰ ਜੇ ਪਾਵਾਂਗੇ। ਅਤੇ ਬਾਕੀ ਜਿਹੜੇ ਮੇਨ ਦੋ ਜਿਹੜੇ ਮੋਡਸ ਅਪਗ੍ਰੇਡ ਕਰਨ ਵਾਲੇ, ਇੱਕ ਤਾਂ ਇਹਦੇ ਜਿਹੜਾ ਮੈਂ 295 ਟਾਇਰ ਪਾਉਣ ਵਾਸਤੇ, ਅਤੇ ਇੱਕ ਬੋਡੀ ਮੈਂ ਸਾਰੀ ਫੁੱਲ ਪੇਂਟ ਮੈਂ ਦੁਬਾਰਾ ਕਰਾਊਂਗਾ, ਸਾਰੀ A to Z ਅੰਦਰੋਂ ਲੈ ਕੇ ਬਾਹਰ ਸਾਰੀ ਬਿਲਕੁਲ ਹੀ ਨਾ, ਤਾਂ ਥੋੜ੍ਹਾ ਕਲਰ ਟੂਕੇ ਪੇਂਟ ਕਰਾਵਾਂਗੇ, ਥੋੜ੍ਹਾ ਗਲੋਸ ਵਗੈਰਾ ਆਵੇ, ਸੋਹਣੀ ਲੱਗੇ ਦੇਖਣ ਨੂੰ ਗੱਡੀ, ਹੋਰ ਬਿਲਕੁਲ ਫਰੈਸ਼ ਲੁੱਕ ਹੋਵੇ, ਇੱਦਾਂ ਕੋਈ ਦੇਖ ਕੇ ਜੱਜ ਨਾ ਕਰ ਪਾਵੇ ਕਿ 2007 ਮਾਡਲ ਗੱਡੀ ਹੈ। ਸੋ ਬਾਕੀ ਲਿੱਤੀ ਗੱਡੀ ਆਪਾਂ ਆਫ ਰੋਡਿੰਗ ਪਰਪਸ ਲਈ ਹੋਈ ਹੈ, ਕਰਾਂਗੇ ਇਹਦੇ ਨਾਲ ਆਫ ਰੋਡ ਬਿਲਕੁਲ ਰੱਜ ਕੇ। ਅਤੇ ਹੋਰ ਆਪਣਾ ਲੱਦਾਖ ਵਗੈਰਾ ਟੂਰ ਹੈਗਾ, ਪਹਿਲਾਂ ਤਾਂ ਸੋਚਿਆ ਬੁਲਟ 'ਤੇ ਸੀਗਾ, ਬਟ ਉਹ ਕੈਂਸਲ ਕਰਕੇ ਹੁਣ ਆਪਾਂ ਇਸ ਝੋਟੇ 'ਤੇ ਜਾਵਾਂਗੇ, ਅਤੇ ਨਾਲ ਆਪਣੇ ਫਰੈਂਡਸ ਵਗੈਰਾ ਵੀ ਲੈ ਕੇ ਜਾਵਾਂਗੇ, ਬ੍ਰਦਰ ਯਾਰ ਦੋਸਤ ਸਾਰੇ, ਆਪਣੀ ਫੈਮਿਲੀ ਸਾਰੇ, ਇਹ 'ਤੇ ਹੁਣ ਟੂਰ ਕੱਢਾਂਗੇ ਲੰਬੇ ਲੰਬੇ। ਬਾਕੀ ਹੋਰ ਜਿਹੜੇ ਮੈਂ ਤੁਹਾਨੂੰ ਸਾਈਡ ਸਟ੍ਰਿਪ ਦੱਸ ਰਿਹਾ ਸੀਗਾ, ਮੈਂ ਇਹਦੀ ਗੱਲ ਕਰ ਰਿਹਾ ਸੀਗਾ, ਇਹ ਚੇਂਜ ਹੋਣਗੇ ਨਵੇਂ ਮਾਡਲ ਵਾਲੀ, ਇੱਕ ਇਹ ਪਾਵਾਂਗੇ, ਆ ਫੁੱਟ ਰੈਸਟ ਵੀ ਥੋੜ੍ਹੇ ਕਮਜ਼ੋਰ ਹੋ ਚੁੱਕੇ ਆ, ਬਾਕੀ ਜਦੋਂ ਟਾਇਰ ਪੈ ਗਏ ਇਹ ਫੁੱਟ ਰੈਸਟ ਤਾਂ ਆਪਾਂ ਕਢਾਈ ਦੇਵਾਂਗੇ, ਇਹਦੇ ਨਾਲ ਥੋੜ੍ਹੀ ਨਾ ਕਲੀਅਰੈਂਸ ਜ਼ਿਆਦਾ ਲੱਗਣ ਲੱਗ ਪੈਂਦੀ, ਗੱਡੀ ਦੀ ਵੱਧ ਤਾਂ ਜਾਂਦੀ ਆ, ਥੋੜ੍ਹੀ ਇਹ ਤੋਂ ਬਗੈਰ ਸੋਹਣੀ ਵੀ ਲੱਗਦੀ ਆ। ਸੋ ਇਹ ਦੋ ਛੋਟੇ ਛੋਟੇ ਕੰਮ ਆ ਕਰਨ ਵਾਲੇ, ਬਾਕੀ ਅੱਜ ਤੁਹਾਨੂੰ ਇੰਟੀਰੀਅਰ 'ਚੋਂ ਗੱਡੀ ਦਿਖਾ ਦੇਣਾ ਇੱਕ ਵਾਰੀ। ਸੋ ਗਾਈਜ਼ ਦੇਖੋ ਇੰਟੀਰੀਅਰ ਵਿੱਚ ਗੱਡੀ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ, ਇਹ 'ਚ ਇੱਕ ਸਿੰਗਲ ਯੂਨਿਟ ਜਿਵੇਂ ਸਿੰਗਲ ਹੈੱਡ ਮਿਊਜ਼ਿਕ ਸਿਸਟਮ ਲੱਗਿਆ ਹੋਇਆ, ਪਹਿਲਾਂ ਹੀ ਜਦੋਂ ਲਿਆ ਬਾਈਕ ਤਾਂ ਉਹ 'ਚ ਹੀ ਲੱਗਿਆ ਹੋਇਆ ਸੀਗਾ, ਮਿਊਜ਼ਿਕ ਸਿਸਟਮ ਵਿੱਚ ਨੋਰਮਲ ਆ। ਆਹ ਦੇਖੋ ਹਜੇ ਵੀ ਨਾ ਡੈਸ਼ਬੋਰਡ ਪੂਰਾ ਠੰਡਾ ਪਿਆ ਵਾ, ਚਿਲਡ ਕਰ ਦਿੰਦਾ, ਬਹੁਤ ਵਧੀਆ AC ਇਹਦਾ ਵਰਕਿੰਗ ਵਿੱਚ, ਜ਼ਿਆਦਾ ਕੁਛ ਹੈ ਨਹੀਂ ਇਹਦੇ ਵਿੱਚ ਡੈਸ਼ਬੋਰਡ 'ਚ, ਰੋ ਗੱਡੀ ਇੱਕ ਆ ਜਿਵੇਂ ਹੈਂਡਲ ਫੜਨ ਵਾਸਤੇ ਆ, ਨੋਰਮਲ ਗੱਡੀ ਜ਼ਿਆਦਾ ਮਤਲਬ ਜ਼ਿਆਦਾ ਫੈਂਸੀ ਨਹੀਂ ਹੈਗੀ, ਇਹ 'ਚ ਰੋ ਲੁੱਕ ਜਿਵੇਂ ਕਹਿੰਦੇ ਨਾ ਆਫ ਰੋਡਿੰਗ ਵਹੀਕਲ ਆਪਣਾ, ਅਤੇ ਮੈਨੂੰ ਪਸੰਦ ਵੀ ਇੱਦਾਂ ਦੀ ਗੱਡੀ ਆ, ਤੁਹਾਡਾ ਕੋਈ ਚੱਕਰ ਨਾ ਹੋਵੇ। ਬਾਕੀ ਸੀਟ ਕਵਰ ਤੁਸੀਂ ਦੇਖ ਹੀ ਰਹੇ ਹੋ, ਹਾਲਾਤ ਦੇਖੋ ਸੀਟ ਕਵਰ ਮਾੜੇ ਦਿਖਾ ਦਿਓ, ਸੀਟ ਕਵਰ ਥੋੜ੍ਹੇ ਜਿਹੇ ਪੈਣ ਵਾਲੇ ਆ, ਸੀਟ ਕਵਰ ਬਹੁਤ ਪੁਰਾਣੇ ਹੋ ਗਏ, ਸੀਟ ਕਵਰ ਹੈ ਹੀ ਨਹੀਂ ਇਹਦੇ 'ਚ, ਸੀਟ ਕਵਰ ਜਾਂ ਸੀਟਾਂ ਫਸਟ, ਪਹਿਲਾਂ ਤਾਂ ਆਪਾਂ ਸੀਟ ਕਵਰ ਇਹ 'ਚ ਨਵੇਂ ਪਵਾਵਾਂਗੇ, ਬਲੈਕ ਲੈਦਰ ਦੇ ਸੀਟ ਕਵਰ ਕਰ ਪਾਵਾਂਗੇ, ਸੋਹਣੇ ਲੱਗੇ, ਥੱਲੇ ਮੈਟਿੰਗ ਹੋਣ ਵਾਲੀ ਗੱਡੀ ਦੀ, ਥੱਲੇ ਹਜੇ ਤੁਸੀਂ ਦੇਖ ਰਹੇ ਹੋ
ਵਿਦਆਊਟ ਮੈਟ ਆ ਗੱਡੀ, ਅਤੇ ਮਤਲਬ ਕਾਫੀ ਕੰਮ ਹੋਣ ਵਾਲਾ ਵਾ ਇਹਦੇ, ਮੈਟਿੰਗ ਕਰਾਵਾਂਗੇ, 70 ਮੈਟ ਜਿਹੜੇ 60 ਮੈਟਸ ਕਿ ਜਿਹੜੇ ਵੀ ਹੁੰਦੇ ਆਪਾਂ ਸੁਣੇ ਆ ਉਹ ਪਵਾਵਾਂਗੇ, ਅਤੇ ਅੰਦਰੋਂ ਤੱਕ ਨਾ ਥੋੜ੍ਹੀ ਫੀਲ ਵੀ ਥੱਲੋਂ ਕਲੀਨ ਹੋਵੇ, ਲਗਜ਼ਰੀ ਫੀਲ ਜੀ ਵਧੀਆ ਹੋਵੇ ਗੱਡੀ ਦੀ। ਸੋ ਬਾਕੀ ਇੱਕ ਵਾਰੀ ਬਾਹਰੋਂ ਵੀ ਤੁਹਾਨੂੰ ਵੋਕ ਅਰਾਊਂਡ ਦੇ ਦੇਣਾ। ਗੱਡੀ 7 ਸੀਟਰ ਆ, ਹੈਗੀ ਸਪੇਸ਼ੀਅਸ ਆ, ਫੁੱਲ ਗੱਡੀ, ਖੁੱਲ੍ਹੀ ਡੁੱਲੀ ਆ, ਬੈਠ ਕੇ ਬੰਦਾ ਆਰਾਮ ਨਾਲ ਜਾ ਸਕਦਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਚਲੋ ਆ ਜਾਓ ਬਾਹਰੋਂ ਇੱਕ ਵਾਰੀ ਗੱਡੀ ਨਾ, ਤੁਸੀਂ ਤੁਹਾਨੂੰ ਘੁੰਮ ਕੇ ਪੂਰਾ ਵੋਕ ਅਰਾਊਂਡ ਦੇ ਦਿੰਦੇ। ਚਲੋ ਇੱਕ ਵਾਰੀ ਵੋਕ ਅਰਾਊਂਡ ਤੋਂ ਪਹਿਲਾਂ ਤੁਹਾਨੂੰ ਇਹਦੀ ਡਿੱਕੀ ਦੀ ਸਪੇਸ ਵੀ ਦਿਖਾ ਦਿੰਦੇ ਹਾਂ ਕਿ ਕੀ ਆ ਡਿੱਕੀ ਵਿੱਚ। ਹਜੇ ਇਹ ਤਾਂ ਕੁਝ ਜ਼ਿਆਦਾ ਖਾਸ ਨਹੀਂ, ਸਫਾਈ ਕਰਨ ਵਾਲੀ ਗੱਡੀ ਦੀ। ਹਜੇ ਇਹ ਵੂਫਰ ਇੱਕ ਰੱਖਿਆ ਸਪੀਕਰ ਆਪਾਂ ਬ੍ਰਦਰ ਤੋਂ ਲਿਆ ਸੀਗਾ, ਅਤੇ ਉਹਦੀ ਗੱਡੀ 'ਚੋਂ ਕੱਢ ਕੇ ਆਪਾਂ ਆਪਣੀ ਗੱਡੀ ਰੱਖ ਲਿਆ, ਅਤੇ ਇੱਕ ਆਹ ਵੀ ਹੈਗਾ ਆਪਣੇ ਕੋਲ, ਆਪਾਂ ਚੇਂਜ ਕਰਾਵਾਂਗੇ, ਆਹ ਲਵਾਵਾਂਗੇ, ਥੋੜ੍ਹਾ ਵਧੀਆ ਵਾ ਕੁਆਲਿਟੀ ਵਿੱਚ, ਵਧੀਆ ਨਵਾਂ ਬਾਈ ਕੀਤਾ ਸੀਗਾ, ਅਤੇ ਇਹਨੂੰ ਆਪਾਂ ਫਿੱਟ ਕਰਾਵਾਂਗੇ। ਬਾਕੀ ਤੁਸੀਂ ਡਿੱਕੀ ਦੇਖ ਰਹੇ ਹੋ, ਠੀਕ ਆ, ਖੁੱਲ੍ਹੀ ਹੈ ਸਪੇਸ, 2 ਬੰਦਿਆਂ ਲਈ ਇਨਫ ਆ ਨੋਰਮਲ। ਚਲੋ ਹੁਣ ਆਪਾਂ ਵੋਕ ਅਰਾਊਂਡ ਦੇ ਦਿੰਦੇ ਤੁਹਾਨੂੰ ਗੱਡੀ ਦਾ। ਅਤੇ ਤੁਹਾਨੂੰ ਨਾ ਜਿਹੜੀ ਮੈਨੂੰ ਇਹਦੀ ਗੱਡੀ ਦੀ ਸਭ ਤੋਂ ਵਧੀਆ ਚੀਜ਼ ਲੱਗੀ ਤੁਹਾਨੂੰ ਮੈਂ ਦਿਖਾ ਦੇਣਾ, ਸੈਲਫ ਨਾ 1 ਸੈਕਿੰਡ ਤੋਂ ਵੀ ਘੱਟ ਟਾਈਮ ਲੈਂਦੀ ਸੈਲਫ ਸਟਾਰਟ ਹੋਣ 'ਚ। ਆ ਦੇਖੋ ਤੁਹਾਨੂੰ ਸੈਲਫ ਸਟਾਰਟ ਕਰਕੇ ਦਿਖਾਉਣਾ ਵਾ, ਆ ਜਾਓ। ਮਤਲਬ DI ਟਰਬੋ ਵਾਲੀ ਗੱਡੀਆਂ ਦੀ ਇਹ ਖਾਸੀਅਤ ਸੀਗੀ, ਇਹ ਨਾ ਬਹੁਤ ਵਧੀਆ ਸੈਲਫ ਇਹਨਾਂ ਦੀ ਹੈਗੀ ਹੈ, ਬਹੁਤ ਘੱਟ ਟਾਈਮ ਲੈਂਦੀ ਹੈ। ਆਹ ਦੇਖੋ, ਧਿਆਨ ਨਾਲ ਸੁਣੋ, ਬਸ ਇੰਨੀ ਕੁ ਸੈਲਫ ਸੀਗੀ, ਬਸ ਇੱਦਾਂ ਮਾੜਾ ਜਿਹਾ ਕੀਤਾ ਕਲਿੱਕ, ਆਪਾਂ ਨਾਲ ਹੀ ਸਟਾਰਟ ਹੋ ਜਾਂਦੀ ਗੱਡੀ। ਬਾਈ ਨੇ ਆਪਣੇ ਨਾਲ ਸਾਰੀ ਹੈਲਪ ਕਰਾਈ ਹੈ ਆਪਣੀ ਵੀਡੀਓਗ੍ਰਾਫੀ ਕਰਨ ਲਈ, ਤਾਂ ਹੀ ਆਪਣਾ ਅੱਜ ਵਲੋਗ ਬਣ ਪਿਆ ਹੈ। ਸੋ ਥੈਂਕ ਯੂ, ਅਤੇ ਕੀਪ ਸਪੋਰਟਿੰਗ ਆਰ ਚੈਨਲ, ਅਤੇ ਹੈਂਡਸ਼ੇਕ ਕਰ ਲਾ, ਅਤੇ ਮੁਬਾਰਕਾਂ ਭਰਾ ਗੱਡੀ ਦੀ। ਠੀਕ ਹੈ, ਸਾਰੇ ਭਰਾਵਾਂ ਨੂੰ ਮੁਬਾਰਕਾਂ, ਸਾਰਿਆਂ ਦੀ ਗੱਡੀਆਂ ਨੇ, ਠੀਕ ਹੈ, ਅਤੇ ਬਸ ਠੋਕੋ ਨਾ, ਠੀਕ ਹੈ, ਚਲਾ ਗੱਡੀ ਲਓ, ਸਵਾਦ ਲਓ, ਆਫ ਰੋਡਿੰਗ ਕਰੋ, ਅਤੇ ਦੇਖਦੇ ਇੱਥੇ ਆਫ ਰੋਡਿੰਗ। ਯਾਰ ਆ ਡਿਵਾਈਡਰ 'ਤੇ ਚੜ੍ਹ ਜਾਊਗੀ ਤੇਰੇ ਹਿਸਾਬ ਨਾਲ ਮਰਾਏ, ਚੜ੍ਹਦਾ ਜਾਊਗੀ ਥੋੜ੍ਹਾ ਸਾਈਡ ਤੋਂ ਫੋਟੋ ਰਹਿਣਾ ਲੱਗੇ। ਸੋ ਗਾਈਜ਼ ਆਪਾਂ ਵੀਡੀਓ ਇੱਥੇ ਤੱਕ ਹੀ ਰੱਖਦੇ ਹਾਂ, ਅਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ, ਅਤੇ ਤੁਹਾਨੂੰ ਗੱਡੀ ਕਿੱਦਾਂ ਦੀ ਲੱਗੀ ਕਮੈਂਟਾਂ ਜ਼ਰੂਰ ਦੱਸਿਓ, ਕਿਉਂਕਿ ਹਜੇ ਤਾਂ ਰੋ ਗੱਡੀ ਹੈ, ਇਹਨੂੰ ਸਾਰਾ ਆਪਾਂ ਅਪਡੇਟ ਕਰਨਾ ਵਾ, ਕਿਉਂਕਿ ਇਹ ਆਪਾਂ ਕੰਟੈਂਟ ਵਾਸਤੇ ਖਰੀਦੀ ਗੱਡੀ, ਇਹ ਤਾਂ ਹੌਲੀ ਹੌਲੀ ਜਿਵੇਂ ਅਪਗ੍ਰੇਡ ਕਰੀ ਜਾਵਾਂਗੇ ਅਤੇ ਤੁਹਾਡੇ ਲਈ ਕੰਟੈਂਟ ਬਣਾਈ ਜਾਵਾਂਗੇ। ਸੋ ਮੇਨ ਰੀਜ਼ਨ ਇਹੀ ਸੀਗਾ, ਅਤੇ ਬਾਕੀ ਇੱਕ ਮੇਰਾ ਛੋਟੇ ਦਾ ਡ੍ਰੀਮ ਵੀ ਸੀਗਾ ਬਲੈਰੋ ਲੈਣ ਦਾ, ਉਹ ਪੂਰਾ ਹੋ ਗਿਆ, ਬਸ ਇਹਦੇ ਹੁਣ ਜਿਹੜੇ ਮੋਡਸ ਕਰਾਵਾਂਗੇ, 1-2-95 ਜਿੱਦਣ ਟਾਇਰ ਪੂਰਾ ਹੋ ਗਿਆ ਨਾ, ਜਿੱਦਣ ਆਪਾਂ ਲਵਾ ਲਿਆ ਉੱਦਣ ਆਪਣਾ ਡ੍ਰੀਮ ਪੂਰਾ। ਸੋ ਚਲੋ ਟਿਲ ਦੈਨ ਤੁਸੀਂ ਸਪੋਰਟ ਕਰੋ, ਅਤੇ ਆਪਾਂ ਇੱਦਾਂ ਹੀ ਵੀਡੀਓਜ਼ ਹੋਰ ਬਣਾਵਾਂਗੇ ਸੋਹਣੀਆਂ ਸੋਹਣੀਆਂ, ਅਤੇ ਤੁਹਾਡੀ ਲੈ ਕੇ ਆਉਂਦੇ ਰਹਾਂਗੇ, ਅਤੇ ਜੇ ਵਧੀਆ ਵਲੋਗ ਲੱਗੇ ਤਾਂ ਲਾਈਕ ਅਤੇ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ। ਸੋ ਓਕੇ, ਬਾਏ ਬਾਏ, ਟੇਕ ਇਟ ਈਜ਼ੀ।